ਤੇ ਸਤਿਕਾਰਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ, ਉਹਨਾਂ ਦੇ ਨਾਲ ਆਏ ਹੋਏ ਰਾਘਵ ਚੱਡਾ ਜੀ, ਸਾਡੇ ਸੂਬੇ ਦੇ ਪ੍ਰਧਾਨ ਭਗਵੰਤ ਮਾਨ ਜੀ ਔਰ ਸਾਡੇ MLA ਦਿੱਲੀ ਤੋਂ ਜੋ ਪ੍ਰਭਾਰੀ ਨੇ ਪੰਜਾਬ ਦੇ ਸਰਦਾਰ ਜਰਨੈਲ ਸਿੰਘ ਜੀ, ਸਾਡੇ ਲੀਡਰ ਆਫ ਆਪੋਜੀਸ਼ਨ ਸੀਮਾ ਜੀ, ਸਾਰੇ MLA ਸਾਹਿਬਾਨ, ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਮੇਰੇ ਸਾਰੇ ਆਏ ਹੋਏ ਪ੍ਰੈਸ ਵਾਲੇ, ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਸਾਥੀਓ, ਇਲਾਕੇ ਤੋਂ ਆਏ ਹੋਏ ਜਾਂ ਪੰਜਾਬ ਤੋਂ ਆਏ ਹੋਏ, ਕੇਜਰੀਵਾਲ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸਾਥੀਓ, ਸਿਕਿਉਰਿਟੀ ਵਾਲੇ ਸਾਰੇ ਸੱਜਣ, ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਅੱਜ ਉਹ ਮੇਰੇ ਗ੍ਰਹਿ ਵਿਖੇ ਆਏ ਨੇ। ਉਹਨਾਂ ਨੇ ਆਣ ਕੇ ਮੇਰਾ ਮਾਣ ਵਧਾਇਆ। ਮੈਂ ਕੋਈ ਸਪੀਚ ਨਹੀਂ ਕਰਨੀ, ਕੇਵਲ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿਣਾ, ਕੋਈ ਭਾਸ਼ਣ ਨਹੀਂ ਕਰਨਾ। ਇਹਨਾਂ ਦਾ ਧੰਨਵਾਦ ਕਰਨਾ ਇਸ ਕਰਕੇ ਕਿ ਪਿਛਲੇ 7-8 ਮਹੀਨੇ ਤੋਂ ਮੇਰੀ ਸਿਹਤ ਠੀਕ ਨਹੀਂ ਸੀ, ਮੈਂ ਆਪਣੇ ਘਰ ਵਿੱਚ ਕਰੀਬ ਬੈੱਡ 'ਤੇ ਸਾਂ। ਅੱਜ ਇਹਨਾਂ ਨੇ ਮੈਨੂੰ ਆਣ ਕੇ ਹੌਸਲਾ ਦਿੱਤਾ ਆ, ਮੇਰੀ ਖਬਰ ਲੈਣ ਵਾਸਤੇ ਆਏ ਆ, ਜਦੋਂ ਕਿ ਮੈਂ ਸੱਚੇ ਦਿਲ ਨਾਲ ਕਹਿ ਸਕਣਾ ਕਿ ਅੱਜ ਤੱਕ ਮੇਰਾ ਇਹਨਾਂ 'ਤੇ ਕੋਈ ਅਹਿਸਾਨ ਨਹੀਂ। ਮੇਰੀ ਵੱਖਰੀ ਪਾਰਟੀ ਸੀ, ਇਹਨਾਂ ਦੀ ਵੱਖਰੀ ਪਾਰਟੀ ਸੀ, ਲੇਕਿਨ ਇੱਕ ਉਹ ਇਨਸਾਨ ਜੋ ਮੌਜੂਦਾ ਚੀਫ ਮਿਨਿਸਟਰ ਹੋਵੇ, ਇਸ ਦੇਸ਼ ਦਾ ਭਵਿੱਖ ਹੋਵੇ, ਉਹ ਬਿਨਾਂ ਕਿਸੇ ਗੱਲ ਦੇ ਇੱਕ ਸਧਾਰਨ ਜਿਹੇ ਵਿਅਕਤੀ ਦੀ ਖਬਰ ਲੈਣ ਵਾਸਤੇ ਉਹਦੇ ਘਰ ਪਹੁੰਚੇ। ਮੈਂ ਸਮਝਣਾ ਇਹਦੇ ਨਾਲੋਂ ਮਹਾਨ ਬੰਦਾ ਹੋਰ ਕੋਈ ਨਹੀਂ। ਲੋਕ ਮੈਨੂੰ ਕਹਿਣਗੇ ਕਿ 3 ਪੀੜ੍ਹੀਆਂ ਮੇਰੇ ਫਾਦਰ ਸਾਹਿਬ ਸਵਰਗੀ ਜਥੇਦਾਰ ਉਜਾਗਰ ਸਿੰਘ ਜੀ ਸੇਖਵਾਂ, ਜਿਹੜੇ ਫਾਊਂਡਰ ਨੇ ਅਕਾਲੀ ਦਲ ਦੇ, ਪੰਜਾਬ ਦੇ ਪ੍ਰੈਜ਼ੀਡੈਂਟ ਰਹੇ ਨੇ ਅਕਾਲੀ ਦਲ ਦੇ, MLA ਰਹੇ ਨੇ ਇਸ ਹਲਕੇ ਤੋਂ 2 ਵਾਰੀ, ਮੇਰੀ ਸਾਰੀ ਜ਼ਿੰਦਗੀ, ਮੇਰਾ ਬੇਟਾ
ਅਸੀਂ 3 ਪੀੜ੍ਹੀਆਂ ਸਮਰਪਿਤ ਰਹੇ ਹਾਂ ਅਕਾਲੀ ਦਲ ਨੂੰ, ਲੇਕਿਨ 3 ਪੀੜ੍ਹੀਆਂ ਦੀ ਸੇਵਾ ਹੋਣ ਦੇ ਬਾਵਜੂਦ ਵੀ ਇੱਕ ਵੀ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਸਾਥੀ ਮੇਰੀ ਖਬਰ ਲੈਣ ਵਾਸਤੇ ਮੇਰੇ ਘਰ ਨਹੀਂ ਆਇਆ, ਔਰ ਕਿਸੇ ਨੇ ਮੇਰਾ ਹਾਲ ਚਾਲ ਨਹੀਂ ਪੁੱਛਿਆ ਕਿ ਤੂੰ ਜਿਉਂਦਾ ਆ ਕਿ ਮਰ ਗਿਆ ਆ। ਲੇਕਿਨ ਜਿਸ ਬੰਦੇ 'ਤੇ ਮੇਰਾ ਕੋਈ ਅਹਿਸਾਨ ਨਹੀਂ, ਐਡੀ ਵੱਡੀ ਪਰਸਨੈਲਿਟੀ ਹੋਵੇ ਇੰਡੀਆ ਦੀ, ਬਿਨਾਂ ਕਿਸੇ ਲਾਲਚ ਦੇ ਉਹ ਇਨਸਾਨ ਮੇਰੀ ਖਬਰ ਲੈਣ ਵਾਸਤੇ ਆਵੇ, ਮੈਂ ਸਮਝਦਾ ਉਹਦੇ ਨਾਲੋਂ ਮਹਾਨ ਦੁਨੀਆ 'ਤੇ ਇਨਸਾਨ ਕੋਈ ਨਹੀਂ। ਔਰ ਮੈਂ ਅੱਜ ਐਲਾਨ ਕਰਨਾ ਆਪਣੀ ਆਤਮਾ ਤੋਂ, ਆਪਣੇ ਦਿਲ ਤੋਂ, ਕਿ ਮੇਰੇ ਰਹਿੰਦੇ ਸਵਾਸ ਕੇਜਰੀ ਸਾਹਿਬ, ਕੇਜਰੀਵਾਲ ਸਾਹਿਬ ਤੁਹਾਡੇ ਸਮਰਪਿਤ, ਮੈਂ ਤੁਹਾਨੂੰ ਸਮਰਪਿਤ ਹਾਂ। ਅੱਜ ਤੋਂ ਮੈਂ ਤੁਹਾਡਾ ਜੋ ਹੁਕਮ ਹੋਏਗਾ ਮੈਂ ਜਿੰਨੇ ਜੋਗਾਂ ਉਹਦੇ ਵਾਸਤੇ ਯਤਨ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰਗਾ